ਸੁਲਤਾਨਪੁਰ ਲੋਧੀ ਸਬਡਿਵੀਜ਼ਨ ਦੇ ਵਿੱਚ ਇੱਕ ਫਾਈਨੈਂਸਰ ਹੈਗੇ ਆ ਉਹਨਾਂ ਨੂੰ 21 ਦਸੰਬਰ 2022 ਨੂੰ ਦੋ ਇੰਟਰਨੈਸ਼ਨਲ ਨੰਬਰਾਂ ਤੋਂ WhatsApp ਕਾਲ ਆਈਆਂ ਹੈਗੀਆਂ ਤੇ WhatsApp ਕਾਲ ਦੇ ਵਿੱਚ ਉਹਨਾਂ ਤੋਂ 10 ਲੱਖ ਰੁਪਏ ਦੀ ਜਿਹੜੀ ਫਿਰੋਤੀ ਮੰਗੀ ਗਈ ਸੀ ਤੇ ਫਿਰੋਤੀ ਨਾ ਦੇਣ ਤੇ ਉਹਨਾਂ ਤੇ ਜਾਨਲੇਵਾ ਹਮਲੇ ਦੀ ਧਮਕੀ ਦਿੱਤੀ ਗਈ ਸੀ ਇਸ ਕਾਲ ਦੇ ਮੱਦੇਨਜ਼ਰ FIR ਨੰਬਰ 345 ਮਿਤੀ 22 ਦਸੰਬਰ 2022 ਥਾਣਾ ਸੁਲਤਾਨਪੁਰ ਦੇ ਵਿੱਚ ਅੰਡਰ ਸੈਕਸ਼ਨ 384 506 ਰਜਿਸਟਰ ਕੀਤੀ ਗਈ ਤੇ ਇਸ ਐਫਆਈਆਰ ਦੀ ਜਿਹੜੀ ਹੈਗੀ ਹੈ ਤਫਤੀਸ਼ ਉਹ ਸਟਾਰਟ ਕੀਤੀ ਗਈ। ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਸਾਨੂੰ ਚਾਰ ਦੋਸ਼ੀਆਂ ਜਿਹੜੇ ਹੈਗੇ ਆਪਣੇ ਵੱਲੋਂ ਜ਼ੀਰੋ ਆਊਟ ਕੀਤੇ ਗਏ ਹਨ। ਇਹ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਹ ਦੋਸ਼ੀਆਂ ਦੇ ਨਾਮ ਹਨ ਜੀ ਬਲਵਿੰਦਰ ਸਿੰਘ, ਸੂਰਜ ਸ਼ਰਮਾ, ਹਰਜੀਤ ਸਿੰਘ ਤੇ ਜਸਵੀਰ ਸਿੰਘ। ਦੋ ਦੋਸ਼ੀ ਜਿਹੜੇ ਹੈਗੇ ਉਹ ਸultanpur Lodhi ਦੇ ਰਹਿਣ ਵਾਲੇ ਹਨ ਤੇ ਦੋ ਦੋਸ਼ੀ ਹੈਗੇ ਆ ਜਲੰਧਰ ਦੇ। ਇਨ੍ਹਾਂ ਚੋਂ ਬਲਵਿੰਦਰ ਸਿੰਘ ਜਿਹੜੇ ਹੈਗੇ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਹੈ। ਬਲਵਿੰਦਰ ਸਿੰਘ ਦੀ ਪੁਸ਼ਗੀਜ ਦੇ ਵਿੱਚ ਇਹ ਆਇਆ ਹੈਗਾ ਕਿ ਸੂਰਜ ਸ਼ਰਮਾ ਤੇ ਹਰਜੀਤ ਸਿੰਘ ਜੋ ਉਹਦੇ ਕੈਡ ਮੁਤਾਬਕ ਇਸ ਟਾਈਮ ਇਟਲੀ ਦੇ ਵਿੱਚ ਹਨ ਉਹਨਾਂ ਨੇ ਦੋਹਾਂ ਨੇ ਰਲ ਕੇ ਇਸ ਫਾਈਨੈਂਸਰ ਜਿਹੜੇ ਹੈਗੇ ਆ ਉਹਨਾਂ ਨੂੰ ਕਾਲ ਕੀਤੀ ਸੀਗੀ ਤੇ ਉਤੋਂ ਫਿਰੋਤੀ ਮੰਗੀ ਸੀ ਬਲਵਿੰਦਰ ਸਿੰਘ ਤੇ ਜਸਵੀਰ ਸਿੰਘ ਇਹ ਦੋਹਾਂ ਨੇ ਇਹਦੇ ਕੋਲ ਜਾ ਕੇ ਪੈਸੇ ਲੈਣੇ ਸੀ ਸਰ ਇਹਨਾਂ ਕੋਲ ਕੋਈ ਪਹਿਲਾਂ ਵੀ ਕਿਸੇ ਨੂੰ ਬਹੁੜ ਵੀ ਬਲੈਕਮੇਲ ਕੀਤਾ ਗਿਆ ਜਾਂ ਨਹੀਂ ਇਹ ਜਿਹੜੇ ਮੁਜਰਮ ਹੈਗੇ ਆ ਇਹਨਾਂ ਦੇ ਉੱਤੇ 11 ਐਫ ਆਈ ਆਰ ਦਰਜਨ ਪਹਿਲੇ ਤੇ ਬਲਵਿੰਦਰ ਸਿੰਘ ਦੀ ਪੁਸ਼ਗੀਚ ਦੇ ਵਿੱਚ ਅਜੇ ਇਹ ਨਹੀਂ ਆਇਆ ਹੈਗਾ ਕੁਝ ਵੀ ਇਹੋ ਜੀ ਗੱਲ ਸਾਹਮਣੇ ਨਹੀਂ ਆਈ ਕਿ ਇਹਨਾਂ ਨੇ ਹੋਰਾਂ ਨੂੰ ਵੀ ਕਾਲ ਕੀਤੀ ਹੋਇਆ ਸਰ ਇਹਨਾਂ ਦਾ ਕੋਈ ਗੈਂਗਸਟਰ ਨਾਲ ਵੀ ਸੰਬੰਧ ਕੋਈ ਨਹੀਂ ਇਹਦੇ ਬਾਰੇ ਜੀ ਹਾਂਜੀ ਤਫਤੀਸ਼ ਦੇ ਵਿੱਚ ਅਜੇ ਡਿਟੇਲ ਦੇ ਵਿੱਚ ਸਾਨੂੰ ਪਤਾ ਲੱਗੂਗਾ ਜੀ ਸਬਸਕ੍ਰਾਈਬ ਟੂ आवर YouTube ਚੈਨਲ ਨਿਊਜ਼ DNN ਬਾਈ ਕਲਿੱਕਿੰਗ ਦ ਬੈਲ ਆਈਕਨ ਡੋਨਟ ਫੋਰਗੇਟ ਟੂ ਲਾਈਕ ਕਮੈਂਟ ਐਂਡ ਸ਼ੇਅਰ